ਸ਼ੰਭੂ ਬਾਰਡਰ ਤੇ ਤੈਨਾਤ ਸਬ ਇੰਸਪੈਕਟਰ ਹੀਰਾ ਲਾਲ ਦੀ ਜਾਨ ਚਲੀ ਗਈ ਤੇ ਅੱਜ ਉਸਦਾ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਕੀਤਾ ਗਿਆ। ਸ਼ੰਭੂ ਬਾਰਡਰ ਤੇ ਆਪਣੀ ਫੋਰਸ ਦੇ ਨਾਲ ਹੀਰਾ ਲਾਲ ਤੈਨਾਤ ਸੀ। ਕਿਸਾਨਾਂ ਨੂੰ ਰੋਕਣ ਦੇ ਲਈ ਬੈਰੀਕੇਡਿੰਗ ਕੀਤੀ ਹੋਈ ਹੈ ਔਰ ਉੱਥੇ ਡਿਊਟੀ ਕਰਦਾ ਸੀ ਤਾਂ 13 ਤਰੀਕ ਨੂੰ ਅਚਾਨਕ ਤਬੀਅਤ ਖਰਾਬ ਹੋਈ, ਜਿਸ ਤੋਂ ਬਾਅਦ ਅੰਬਾਲਾ ਕੈਂਟ ਦੇ ਹੋਸਪਿਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਜਾਨ ਚਲੀ ਗਈ। ਤਾਂ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਉਸਦਾ ਜੱਦੀ ਪਿੰਡ ਦੇ ਵਿੱਚ ਸੰਸਕਾਰ ਕੀਤਾ ਗਿਆ। ਸੋਨੀਪਤ ਦੇ ਖਰਖੋਦਾ ਦਾ ਰਹਿਣ ਵਾਲਾ ਸੀ ਹੀਰਾ ਲਾਲ, ਜਿਸ ਦਾ ਅੱਜ ਸੰਸਕਾਰ ਕੀਤਾ ਗਿਆ। ਕਿਸਾਨਾਂ ਦੇ ਨਾਲ 13 ਤਰੀਕ ਨੂੰ ਟਕਰਾਅ ਹੋਇਆ, ਭਾਵੇਂ ਕਿ ਇੱਕ ਕਿਸਾਨ ਦੀ ਜਾਨ ਵੀ ਉੱਥੇ ਚਲੀ ਗਈ। ਤਾਂ ਦੂਜੇ ਪਾਸੇ ਇੱਕ ਹਰਿਆਣਾ ਪੁਲਿਸ ਦੇ GRP ਜਵਾਨ ਹੀਰਾ ਲਾਲ ਦੀ ਵੀ ਇਸ ਟਕਰਾਅ ਦੇ ਮੌਕੇ ਤਬੀਅਤ ਖਰਾਬ ਹੋਈ, ਜਿਸ ਤੋਂ ਬਾਅਦ ਉਸਨੂੰ ਹੋਸਪਿਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਅੱਜ ਉਸਦੀ ਮੌਤ ਹੋ ਗਈ। ਸਰਕਾਰੀ ਸਨਮਾਨਾਂ ਦੇ ਨਾਲ ਅੱਜ ਉਸਦਾ ਸੰਸਕਾਰ ਕੀਤਾ ਗਿਆ। ਸ਼ੰਭੂ ਬਾਰਡਰ ਤੇ ਭਾਰੀ ਗਿਣਤੀ ਦੇ ਵਿੱਚ ਵੱਖ ਵੱਖ ਫੋਰਸਾਂ ਤੈਨਾਤ ਕੀਤੀਆਂ ਗਈਆਂ ਨੇ, ਤਾਂ ਉਸ ਫੋਰਸ ਦਾ ਇਹ ਹਿੱਸਾ ਸੀ, ਕਿਸਾਨਾਂ ਨੂੰ ਰੋਕਣ ਦੇ ਲਈ ਤੈਨਾਤ ਕੀਤਾ ਹੋਇਆ ਸੀ। ਤਾਂ ਅੱਜ ਇਸਦੀ ਜਾਨ ਚਲੀ ਗਈ ਔਰ ਅੰਤਿਮ ਸੰਸਕਾਰ ਆ ਜਿਹੜਾ ਅੱਜ ਸੋਨੀਪਤ ਦੇ ਖਰਖੋਦਾ ਦੇ ਵਿੱਚ ਕੀਤਾ ਗਿਆ। GRP ਦਾ ਇਹ ਜਵਾਨ ਸੀ, ਕਿਸਾਨਾਂ ਨੂੰ ਰੋਕਣ ਦੇ ਲਈ ਸ਼ੰਭੂ ਬਾਰਡਰ ਤੇ ਤੈਨਾਤ ਸੀ, ਅੰਬਾਲਾ ਕੈਂਟ ਦੇ ਵਿੱਚ ਜ਼ੇਰੇ ਇਲਾਜ ਸੀ ਤਾਂ ਉੱਥੇ ਦਮ ਤੋੜ ਦਿੱਤਾ। ਤਾਂ ਅੱਜ ਸਰਕਾਰੀ ਸਨਮਾਨਾਂ ਦੇ ਨਾਲ GRP ਦੇ ਸਬ ਇੰਸਪੈਕਟਰ ਹੀਰਾ ਲਾਲ ਦਾ ਸੰਸਕਾਰ ਕੀਤਾ ਗਿਆ। ਸ਼ੰਭੂ ਬਾਰਡਰ ਤੇ ਤੈਨਾਤ ਸਬ ਇੰਸਪੈਕਟਰ ਹੀਰਾ ਲਾਲ ਦੀ ਜਾਨ ਚਲੀ ਗਈ ਤੇ ਅੱਜ ਉਸਦਾ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਕੀਤਾ ਗਿਆ। ਸ਼ੰਭੂ ਬਾਰਡਰ ਤੇ ਆਪਣੀ ਫੋਰਸ ਦੇ ਨਾਲ ਹੀਰਾ ਲਾਲ ਤੈਨਾਤ ਸੀ। ਕਿਸਾਨਾਂ ਨੂੰ ਰੋਕਣ ਦੇ ਲਈ ਬੈਰੀਕੇਡਿੰਗ ਕੀਤੀ ਹੋਈ ਹੈ ਔਰ ਉੱਥੇ ਡਿਊਟੀ ਕਰਦਾ ਸੀ। ਤਾਂ 13 ਤਰੀਕ ਨੂੰ ਅਚਾਨਕ ਤਬੀਅਤ ਖਰਾਬ ਹੋਈ, ਜਿਸ ਤੋਂ ਬਾਅਦ ਅੰਬਾਲਾ ਕੈਂਟ ਦੇ ਹੋਸਪਿਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਜਾਨ ਚਲੀ ਗਈ। ਤਾਂ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਉਸਦਾ ਜੱਦੀ ਪਿੰਡ ਦੇ ਵਿੱਚ ਸੰਸਕਾਰ ਕੀਤਾ ਗਿਆ। ਸੋਨੀਪਤ ਦੇ ਖਰਖੋਦਾ ਦਾ ਰਹਿਣ ਵਾਲਾ ਸੀ ਹੀਰਾ ਲਾਲ, ਜਿਸ ਦਾ ਅੱਜ ਸੰਸਕਾਰ ਕੀਤਾ ਗਿਆ। ਕਿਸਾਨਾਂ ਦੇ ਨਾਲ 13 ਤਰੀਕ ਨੂੰ ਟਕਰਾਅ ਹੋਇਆ, ਭਾਵੇਂ ਕਿ ਇੱਕ ਕਿਸਾਨ ਦੀ ਜਾਨ ਵੀ ਉੱਥੇ ਚਲੀ ਗਈ। ਤਾਂ ਦੂਜੇ ਪਾਸੇ ਇੱਕ ਹਰਿਆਣਾ ਪੁਲਿਸ ਦੇ GRP ਜਵਾਨ ਹੀਰਾ ਲਾਲ ਦੀ ਵੀ ਇਸ ਟਕਰਾਅ ਦੇ ਮੌਕੇ ਤਬੀਅਤ ਖਰਾਬ ਹੋਈ, ਜਿਸ ਤੋਂ ਬਾਅਦ ਉਸਨੂੰ ਹੋਸਪਿਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਅੱਜ ਉਸਦੀ ਮੌਤ ਹੋ ਗਈ। ਸਰਕਾਰੀ ਸਨਮਾਨਾਂ ਦੇ ਨਾਲ ਅੱਜ ਉਸਦਾ ਸੰਸਕਾਰ ਕੀਤਾ ਗਿਆ। ਸ਼ੰਭੂ ਬਾਰਡਰ ਤੇ ਭਾਰੀ ਗਿਣਤੀ ਦੇ ਵਿੱਚ ਵੱਖ ਵੱਖ ਫੋਰਸਾਂ ਤੈਨਾਤ ਕੀਤੀਆਂ ਗਈਆਂ ਨੇ, ਤਾਂ ਉਸ ਫੋਰਸ ਦਾ ਇਹ ਹਿੱਸਾ ਸੀ, ਕਿਸਾਨਾਂ ਨੂੰ ਰੋਕਣ ਦੇ ਲਈ ਤੈਨਾਤ ਕੀਤਾ ਹੋਇਆ ਸੀ। ਤਾਂ ਅੱਜ ਇਸਦੀ ਜਾਨ ਚਲੀ ਗਈ ਔਰ ਅੰਤਿਮ ਸੰਸਕਾਰ ਆ ਜਿਹੜਾ ਅੱਜ ਸੋਨੀਪਤ ਦੇ ਖਰਖੋਦਾ ਦੇ ਵਿੱਚ ਕੀਤਾ ਗਿਆ। GRP ਦਾ ਇਹ ਜਵਾਨ ਸੀ, ਕਿਸਾਨਾਂ ਨੂੰ ਰੋਕਣ ਦੇ ਲਈ ਸ਼ੰਭੂ ਬਾਰਡਰ ਤੇ ਤੈਨਾਤ ਸੀ, ਅੰਬਾਲਾ ਕੈਂਟ ਦੇ ਵਿੱਚ ਜ਼ੇਰੇ ਇਲਾਜ ਸੀ ਤਾਂ ਉੱਥੇ ਦਮ ਤੋੜ ਦਿੱਤਾ। ਤਾਂ ਅੱਜ ਸਰਕਾਰੀ ਸਨਮਾਨਾਂ ਦੇ ਨਾਲ GRP ਦੇ ਸਬ ਇੰਸਪੈਕਟਰ ਹੀਰਾ ਲਾਲ ਦਾ ਸੰਸਕਾਰ ਕੀਤਾ ਗਿਆ।